जिहड़ियां एग्रीमेंट्स इन्हां दी संयुक्त किसान मोर्चे दे नाल होईयां सी ਉਹ ਅਜੇ ਤੱਕ ਚਿੱਠੀ ਉਸ ਤਰ੍ਹਾਂ ਹੀ ਪਈ ਉਹਦੀ ਕੋਈ ਇੰਪਲੀਮੈਂਟੇਸ਼ਨ ਨਹੀਂ ਹੋਈ ਜਿਹਦੇ ਵਿੱਚ ਕਿਸਾਨਾਂ ਦੇ ਖਿਲਾਫ ਕੇਸਿਸ ਸੀ ਜਿਹੜੇ ਕਿਸਾਨਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਕੰਪਨਸੇਸ਼ਨ ਸੀ ਉਹਦੇ ਵਿੱਚ MSP ਨੂੰ ਲੀਗਲ ਜਾਮਾ ਪਹਿਨਾਉਣਾ ਸੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਸੀ ਕੁਝ ਨਹੀਂ ਇਹਨਾਂ ਕੀਤਾ ਇੱਕ ਉਹ ਨੰਬਰ 2 ਸਾਰਿਆਂ ਨੂੰ ਵੱਡਾ ਮੁੱਦਾ ਜੇ ਲਾਅ ਐਂਡ ਆਰਡਰ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਤੇ ਵਿਸ਼ੇਸ਼ ਤੌਰ ਜਿਸ ਕਿਸਮ ਨਾਲ ਪੰਜਾਬ ਪੁਲਿਸ ਨੇ ਐਂਟਰੀ ਕੀਤੀ ਹੈ ਸੁਲਤਾਨਪੁਰ ਲੋਧੀ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮਿਸਹੈਂਡਲਿੰਗ ਸਾਰੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਮੈਂ ਕੱਲ੍ਹ ਵੀ ਆਪਣੀ ਪ੍ਰੈਸ ਕਾਨਫਰੰਸ 'ਚ ਕਿਹਾ ਤੁਸੀਂ ਵੇਖੋ ਇੱਕ ਪੋਲੀਟੀਕਲ ਜਮਾਤ ਹੈ ਜਿਹਦੀ ਆਪਣੀ ਸਰਕਾਰ ਹੈ ਜੇ ਕੋਈ ਸਾਈਕਲ ਰੇਸ ਹੁੰਦੀ ਹੈ ਲੁਧਿਆਣੇ ਵਿੱਚ ਤੇ ਆਪ ਦੇ ਵਾਲੰਟੀਅਰ ਨਹੀਂ ਕਰਾਉਂਦੇ ਇਹ ਪੰਜਾਬ ਪੁਲਿਸ ਕੋਲੋਂ ਇਹ ਕਰਵਾਇਆ ਜਾਂਦਾ ਉਹਦਾ ਮਤਲਬ ਹੈ ਕਿ ਬਕਾਇਦਾ ਤੌਰ ਉੱਥੇ ਪੰਜਾਬ ਪੁਲਿਸ ਦੇ ਜਿਹੜੇ ਤੌਰ ਤਰੀਕੇ ਨੇ ਉਹ ਇਸਤੇਮਾਲ ਕੀਤੇ ਜਾਂਦੇ ਨੇ ਪੰਜਾਬ ਪੁਲਿਸ ਦੀ ਖੁਦ ਹੀ ਇਹ ਰਿਪੋਰਟ ਹੈ ਕਿ 20,000 ਸਾਈਕਲਿਸਟ ਨੇ ਪਾਰਟਿਸਪੇਟ ਕੀਤਾ ਤੇ 20,000 ਅਸੀਂ ਸਾਈਕਲ ਦਿੱਤਾ ਮੈਂ ਅੱਜ ਹੀ ਮਾਲ ਸਾਹਿਬ ਨੂੰ ਕਹਿੰਦਾ ਕਿ ਸਾਨੂੰ ਦੱਸੋ ਕਿ ਮਿਨਿਸਟਰੀ ਆਫ ਫਾਈਨੈਂਸ ਨੇ ਸਪੈਸ਼ਲ ਪੈਸੇ ਪ੍ਰੋਵਾਈਡ ਕੀਤੇ ਨੇ 70 ਕਰੋੜ ਦੇ ਤਾਂ ਨਿਹਰੇ ਸਾਈਕਲ ਹੀ ਨੇ ਜੇ 350 ਰੁਪਏ ਦਾ ਇੱਕ ਸਾਈਕਲ ਹੈ ਜੇ 20,000 ਸਾਈਕਲ ਨਾਲ ਜੋ ਪੁਲਿਸ ਦੀ ਖੁਦ ਦੀ ਰਿਪੋਰਟ ਹੈ ਤੇ 70 ਕਰੋੜ ਦੇ ਤਾਂ ਸਾਈਕਲ ਹੀ ਨੇ ਫਿਰ 20,000 ਬੰਦੇ ਨੂੰ ਇੱਕ ਟਰੈਕ ਸੂਟ ਦਿੱਤਾ 1,000 ਤੋਂ ਥੱਲੇ ਦਾ ਟਰੈਕ ਸੂਟ ਹੈ ਨਹੀਂ ਉਹਦੇ ਪੈਸੇ ਲਾ ਲਓ ਇਹਦੇ 'ਚ ਵੀ ਇਹ ਬਣ ਜਾਂਦਾ 1 ਕਰੋੜ ਰੁਪਈਆ ਫਿਰ ਖਾਣ ਪੀਣ ਦਾ ਸਾਰਾ ਪ੍ਰਬੰਧ ਤਕਰੀਬਨ 100 ਕਰੋੜ ਦਾ ਫੰਕਸ਼ਨ ਇਹਨਾਂ ਕਿੱਥੋਂ ਕਰਵਾਇਆ ਦੈਟ ਮੀਨਸ ਇਹ ਅਗੁਰਾਈ ਕੀਤੀ ਗਈ ਹੈ ਜੇ ਅਗੁਰਾਈ ਕੀਤੀ ਗਈ ਹੈ ਤਾਂ ਇਸ ਤੋਂ ਵੱਡੀ ਕਰਪਟ ਪ੍ਰੈਕਟਿਸ ਕੀ ਹੋ ਸਕਦੀ ਨੰਬਰ 2 ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਮੰਨਣਾ ਸੀ 15-20,000 ਨੌਜਵਾਨ ਬੱਚਾ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਗਏ ਆ ਨਸ਼ਾ ਮੁਕਤ ਕਰਨ ਵਾਸਤੇ ਉਹ ਅੰਮ੍ਰਿਤਸਰ ਪੁਲਿਸ ਕਰਦੀ ਹੁਣ ਕੱਲ ਵੀ ਜੋ ਧੂਰੀ ਵਿੱਚ CM ਪੰਜਾਬ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਆਏ ਨੇ ਸਾਰੀਆਂ ਬੱਸਾਂ ਮੇਰੇ ਕੋਲ ਚਿੱਠੀ ਹੈ ਬਕਾਇਦਾ ਤੌਰ ਡਿਪਟੀ ਕਮਿਸ਼ਨਰ ਦੀ ਚਿੱਠੀ ਹੈ ਕਿ ਸਾਰਾ ਪ੍ਰਬੰਧ ਤੁਸੀਂ ਕਰਕੇ ਦੇਣਾ ਡੀਜ਼ਲ ਦਾ ਰੋਟੀ ਪਾਣੀ ਦਾ ਰਾਸ਼ਨ ਦਾ ਬੰਦਿਆਂ ਨੂੰ ਲੈ ਕੇ ਜਾਣ ਦਾ ਲਿਜਾਣ ਦਾ ਪ੍ਰਬੰਧ BDPOs ਤੇ ਸੈਕਟਰੀਆਂ ਦੀ ਡਿਊਟੀ ਹੈ ਕਿਉਂਕਿ ਇਹਨਾਂ ਖੁਦ ਕੋਈ ਸਰਪੰਚ ਹੈ ਨਹੀਂ ਕੋਈ ਸੰਮਤੀ ਦਾ ਮੈਂਬਰ ਹੈ ਨਹੀਂ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਨਹੀਂ ਕੋਈ ਇਹਨਾਂ ਦਾ MLA ਜਿਹੜਾ ਸੀ ਉਹਦੇ 'ਚ ਪਾਰਟਿਸਪੇਟ ਨਹੀਂ ਕੀਤਾ ਸਾਰਾ ਕੁਝ ਇਹ ਪੁਲਿਸ ਦੇ ਜ਼ਰੀਏ ਐਂਡ ਮੈਂ ਸਮਝਣਾ ਬੜੇ ਸ਼ਰਮ ਵਾਲੀ ਗੱਲ ਹੈ ਕਿ ਜਿਹੜੀ ਬਦਲਾਵ ਦੀ ਗੱਲ ਕਰਨ ਵਾਲੀ ਗਵਰਨਮੈਂਟ ਹੈ ਇਹ ਟੋਟਲ ਇਹਨਾਂ ਨੇ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਫਿਰ ਮਾਈਨਿੰਗ ਦਾ ਕੰਮ ਤੀਜਾ ਮੰਤਰੀ ਬਦਲ ਦਿੱਤਾ ਹੈ ਮੈਂ ਪੁੱਛਣਾ ਮਾਨ ਸਾਹਿਬ ਕਿ ਸਾਨੂੰ ਕਿਰਪਾ ਕਰਕੇ ਦੱਸੋ 20,000 ਕਰੋੜ ਰੁਪਈਆ ਤੁਸੀਂ ਕਿਹਾ ਸੀ 18 ਮਹੀਨਿਆਂ ਤੋਂ ਬਾਅਦ 30,000 ਕਰੋੜ ਰੁਪਇਆ ਕਿੱਥੇ ਤੁਸੀਂ ਜਮ੍ਹਾਂ ਕਰਾਏ ਨੇ ਪੰਜਾਬ ਦੇ ਖਜ਼ਾਨੇ 'ਚ 125 ਕਰੋੜ ਜਿਹੜਾ ਬਕਾਇਆ 29,900 ਕਰੋੜ ਉਹ ਕਿੱਥੇ ਗਿਆ ਸਾਡਾ ਮੰਨਣਾ ਆਪ ਦੇ ਜਿਹੜੇ ਫੰਡ ਨੇ ਦਿੱਲੀ ਦੇ ਵਿੱਚ ਇਹ ਉੱਥੇ ਜਾਂਦਾ ਕੁਝ ਪੰਜਾਬ ਦੇ ਵਿੱਚ ਰਹਿ ਜਾਂਦਾ ਹੁਣ ਇੱਥੇ ਇੰਪਲੋਈਜ਼ ਨੇ ਅੱਜ ਇਸ ਤੋਂ ਵੱਡੇ ਅਫਸੋਸ ਦੀ ਗੱਲ ਕੀ ਹੈ ਕਿ ਭਗਵੰਤ ਮਾਨ ਜੀ ਦਾ ਆਪਣਾ 4th ਕਲਾਸ ਇੰਪਲੋਈ ਸਾਡਾ ਵੀਰ ਜਿਹੜਾ ਇਹਨਾਂ ਨੂੰ ਚਾਹ ਪਿਆਉਂਦਾ ਪਾਣੀ ਪਿਆਉਂਦਾ ਇਹਨਾਂ ਨੂੰ ਸਨੈਕ ਸਰਵ ਕਰਦਾ ਉਹ 1 ਵਜੇ ਸਾਡੀ ਅਸੈਂਬਲੀ ਦੇ ਬਾਅਦ ਪ੍ਰਦਰਸ਼ਨ ਕਰਨ ਵਾਲੇ ਮੈਂ ਤੇ ਇਹਨਾਂ ਨੂੰ ਕਿਹਾ ਸੀ ਤੁਸੀਂ ਤੇ ਦੀਵਾਲੀਆਂ ਸਾਰਿਆਂ ਨੇ ਲੈ ਲਈਆਂ ਉਹਨਾਂ ਦੀ ਵੀ ਕਦੇ ਦੀਵਾਲੀ ਬਣਾ ਦਿਓ ਓਲਡ ਪੈਨਸ਼ਨ ਸਕੀਮ ਪਿਛਲੇ ਸਾਲ ਦੀ ਚੀਮਾ ਸਾਹਿਬ ਨੇ ਲਾਗੂ ਕੀਤੀ ਸੀ ਓਲਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਅਨਾਊਂਸ ਕੀਤੀ ਸੀ ਅਸੀਂ ਲਾਗੂ ਕਰਾਂਗੇ ਸਾਡੀ ਗਵਰਨਮੈਂਟ ਇਸ ਸਾਲ ਮਈ ਦੇ ਵਿੱਚ ਹਿਮਾਚਲ ਪ੍ਰਦੇਸ਼ 'ਚ ਆਈ ਅਸੀਂ ਲਾਗੂ ਕਰ ਛੱਤੀਸਗੜ੍ਹ 'ਚ ਲਾਗੂ ਕਰਤੀ ਰਾਜਸਥਾਨ 'ਚ ਕਰਤੀ ਅਸੀਂ ਸਟੇਟਸ ਪੁੱਛਣਾ ਚਾਹੁੰਦੇ 12% ਅਜੇ DA ਪੰਜਾਬ ਦੇ ਇੰਪਲੋਈਜ਼ ਨੂੰ ਨਹੀਂ ਮਿਲਿਆ ਆ ਸਾਰੇ ਬੈਠੇ ਸਾਡੇ ਵੀਰ ਜਿਹੜੇ ਨੇ ਵਰਦੀਆਂ ਦੇ ਵਿੱਚ ਖਲੋਤੇ ਸਾਰੇ ਇੰਤਜ਼ਾਰ 'ਚ ਨੇ ਕਿ ਜੀ ਸਾਡਾ DA ਤੇ ਦਿਓ ਸੈਂਟਰ ਦੇ DA ਤੇ ਪੰਜਾਬ ਦੇ DA ਦਾ 12% ਦਾ ਫਰਕ ਹੈ ਪਹਿਲੀ ਕਿਸ਼ਤ ਇਹਨਾਂ ਨੇ ਜਨਵਰੀ 22 'ਚ ਦੇਣੀ ਸੀ ਫਿਰ ਜੁਲਾਈ 22 'ਚ ਦੇਣੀ ਸੀ 1 ਜਨਵਰੀ 23 'ਚ ਦੇਣੀ ਤਾਂ ਇਹ ਹਰ ਪਾਸੋਂ ਫੇਲਡ ਗਵਰਨਮੈਂਟ ਹੈ ਜੀ ਕਿਤੇ ਮਾਈਨਿੰਗ ਨਹੀਂ ਡਰੱਗਸ ਦਾ ਜੋ ਹਾਲ ਹੈ ਤੁਸੀਂ ਵੇਖਿਆ ਕਈ ਗੁਣਾ ਵੱਧ ਗਏ ਐਂਡ ਦੇਰ ਇਜ਼ ਨੋਬਡੀ ਹੂ ਇਜ਼ ਆਨਸਰੇਬਲ ਅਸੀਂ ਸੈਸ਼ਨ ਮੰਗਨੇ ਆ ਇਹ ਬਕਾਇਦਾ ਤੌਰ ਸਮਝੋ ਇਹ ਫੇਸ ਨਹੀਂ ਕਰ ਪਾ ਰਹੇ ਸਾਨੂੰ ਅਫਸੋਸ ਇਸ ਗੱਲ ਦਾ ਅਸੀਂ ਚੰਗੀ ਬਹਿਸ ਚਾਹੁੰਦੇ ਹਾਂ ਕਿਸੇ ਕਿਸਮ ਦੀ ਸਰਕਾਰ ਨਾਲ ਖਿੱਚਾ ਤਾਣੀ ਨਹੀਂ ਚਾਹੁੰਦੀ ਇਹ ਸਾਡਾ ਪ੍ਰੋਮਿਸ ਹੈ ਅਸੀਂ ਡੈਕਰਮ ਮੇਨਟੇਨ ਕਰਕੇ ਰੱਖਾਂਗੇ
ਕੈਮਰੇ ਦੇ ਮੁੱਦੇ ਨੂੰ ਲੈ ਕੇ ਤੁਸੀਂ ਹਾਈ ਕੋਰਟ ਵੀ ਗਏ ਸੀ ਤੇ ਉਹਦੇ ਤੇ ਭਗਵੰਤ ਮਾਨ ਦਾ ਜਵਾਬ ਆਇਆ ਕਿ ਵਿਰੋਧੀਆਂ ਕੋਲ ਕੋਈ ਕਹਿਮ ਉੱਤੇ ਗੱਲ ਹੈ ਨਹੀਂ, ਇੱਕ ਤਰੀਕ ਦੀ ਬਹਿਸ ਤੋਂ ਭੱਜ ਗਏ ਤੇ ਹੁਣ ਇਹਨਾਂ ਕੋਲ ਕੀ ਹੈ ਉੱਤੇ ਬੋਲਣ ਨੂੰ? ਤੁਸੀਂ ਮੇਰੇ ਆਹ ਸਾਰੇ ਮੁੱਦੇ ਜਿਹੜੇ ਮੈਂ ਬੋਲ ਰਿਹਾ ਇਹ ਹੋ ਰਿਹਾ ਹੈ ਕੀ ਨੇ? ਇੱਕ ਤਰੀਕ ਦੀ ਬਹਿਸ ਇਹਦੀ ਉਹ ਬਹਿਸ ਸੀ ਜੀ ਜਿਹਦੇ ਜੱਜ ਵੀ ਇਹ ਸੀ, ਜਿਊਰੀ ਵੀ ਇਹਦੀ ਸੀ, ਐਗਜ਼ੀਕਿਊਸ਼ਨਰ ਵੀ ਇਹ ਸੀ, ਕੈਮਰੇ ਵੀ ਇਹਦੇ ਸੀ, ਜਿਹਨੇ ਸਟੇਜ ਦਾ ਸੰਚਾਲਕ ਸੀ ਉਹ ਵੀ ਇਹਨਾਂ ਦਾ ਸੀ, 1200 ਬੰਦਾ ਬੈਠਾ ਵੀ 9 ਵਜੇ ਅੰਦਰ ਚਲਾ ਗਿਆ ਉਹ ਵੀ ਇਹਨਾਂ ਦਾ ਸੀ। ਤੇ ਉੱਥੇ ਓਪੋਜੀਸ਼ਨ ਵਾਲਿਆਂ ਦਾ ਤੁਸੀਂ ਸਮਝਦੇ ਹੋ ਕਿ ਉੱਥੇ ਕੋਈ ਵਿਚਾਰ ਵਟਾਂਦਰਾ ਕਰਾਉਣਾ ਸੀ? ਇਹਨਾਂ ਨੇ ਤੇ ਸਾਰਿਆਂ ਨੂੰ ਚੀਕਾਂ ਮਰਵਾਉਣੀਆਂ ਸੀ, ਹੂਟਿੰਗ ਕਰਵਾਉਣੀ ਸੀ, ਇਹ ਇਹਨਾਂ ਦਾ ਇੱਕ ਬਕਾਇਦਾ ਤੌਰ ਸੋਚ ਸੀ, ਕੁਝ ਦੱਸਣ ਨੂੰ ਹੈ ਨਹੀਂ। ਪੀਏਸੀ ਦੀ ਬੈਠਕ ਹੋਈ ਹੈ ਜੀ, ਬੀਏਸੀ ਦੀ ਬੈਠਕ ਦੇ ਵਿੱਚ ਬਕਾਇਦਾ ਤੌਰ ਸਪੀਕਰ ਸਾਹਿਬ ਦੇ ਨਾਲ ਹਰਪਾਲ ਸਿੰਘ ਚੀਮਾ ਸਨ, ਬਲਕਾਰ ਸਿੰਘ ਸਨ ਮਿਨਿਸਟਰ ਜਿਹੜੇ ਨੇ, ਉਹਦੇ ਵਿੱਚ ਨਛੱਤਰਪਾਲ ਜੀ ਬਹੁਜਨ ਸਮਾਜ ਪਾਰਟੀ ਵੱਲੋਂ, ਉਹਦੇ ਵਿੱਚ ਸੁੱਖੀ ਜੀ ਅਕਾਲੀ ਦਲ ਵੱਲੋਂ, ਉਹਦੇ ਵਿੱਚ ਮੁਕੇਰੀਆਂ ਤੋਂ ਸਾਡੇ ਮਹਾਜਨ ਸਾਹਿਬ ਸਨ, ਕਾਂਗਰਸ ਵੱਲੋਂ ਮੈਂ ਸੀ। ਮੈਂ ਬੇਨਤੀ ਕੀਤੀ ਹੈ ਉਹਨਾਂ ਨੂੰ ਕਿ ਦੱਸੋ ਕੋਈ 10 ਸੈਸ਼ਨ ਵਧਾਓਗੇ ਤੁਸੀਂ? ਤਾਂ ਆਪ ਜਦੋਂ ਬਕਾਇਦਾ ਤੌਰ ਓਪੋਜੀਸ਼ਨ ਤੁਸੀਂ 1 ਮਹੀਨੇ ਦੀ ਮੰਗ ਕਰਦੇ ਹੋ, ਇੱਥੇ 10 ਦਿਨਾਂ ਦੀ ਕਰਨਾ? 10 ਨਾ ਸੀ, 5 ਹੀ ਕਰ ਦਿਓ। ਫਿਰ ਇੱਥੋਂ ਤਾਂ ਗੱਲ ਆ ਗਈ ਕਿ ਵੈਡਨਸਡੇ ਥਰਸਡੇ ਹੀ ਕਰ ਦਿਓ, ਕਿਉਂਕਿ ਜਿਹੜਾ ਮੈਂਬਰਸ ਦਾ ਦਿਨ ਹੁੰਦਾ ਦੈਟ ਇਜ਼ ਅ ਵੈਡਨਸਡੇ, ਤੁਸੀਂ ਉਹ ਵੀ ਛੱਡ ਦਿੱਤਾ। ਕੋਈ ਪ੍ਰਾਈਵੇਟ ਮੈਂਬਰ ਬਿੱਲ ਨਹੀਂ ਅਸੀਂ ਲੈ ਕੇ ਆ ਸਕਦੇ, ਸਵਾਲ ਵਾਸਤੇ 15 ਦਿਨ ਚਾਹੀਦੇ ਨੇ, ਤੁਸੀਂ 7-8 ਦਿਨ ਦਾ ਇਹਦੇ ਵਿੱਚ ਫਿਰ ਉਹੀ ਪੁਰਾਣੇ ਸਵਾਲ ਨੇ ਜੀ ਜਿਹੜੇ 6-6 ਮਹੀਨੇ 8-8 ਮਹੀਨਿਆਂ ਦੇ ਬੁੱਸੇ ਹੋਏ, ਬੁੱਸੇ ਸਵਾਲ ਜਿਹੜੇ। ਭਰੋਸਾ ਸਪੀਕਰ ਸਾਹਿਬ ਤੇ ਸਾਨੂੰ ਵੈਸੇ ਮਾਨ ਤੇ ਬੜਾ, ਬਟ ਭਰੋਸਾ ਹੁਣ ਸਪੀਕਰ ਸਾਹਿਬ ਦਾ ਨਹੀਂ ਹੈ, ਤੇ ਪੁੱਛਣਗੇ ਪਹਿਲੇ ਅਰਵਿੰਦ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ ਪੁੱਛਣਗੇ। ਦੇਖ ਕੇ ਨੋਟ ਫੇਸ ਵੇਖੋ, ਸਾਰਿਆਂ ਨੂੰ ਵੱਡੀ ਗੱਲ ਹੈ, ਪੰਜਾਬ ਦੇ ਮੁੱਦਿਆਂ ਤੇ ਅਸੀਂ ਨਿਰੇ 25 ਮੈਂਬਰ ਹਾਂ ਸਾਰੀਆਂ ਓਪੋਜੀਸ਼ਨ ਪਾਰਟੀਆਂ, ਇਹਨਾਂ ਦੇ 92 ਬੰਦੇ ਹੋਣ ਦੇ ਬਾਵਜੂਦ, ਬਲੂਟ ਮੈਜੋਰਿਟੀ ਦੇ ਬਾਵਜੂਦ, ਬਰਗਾੜੀ ਬਹਿਬਲ ਕਰਾਂ, ਸਾਨੂੰ ਕੋਈ ਗੱਲ ਫੇਸ ਕਰਨ ਨੂੰ ਤਿਆਰ ਨਹੀਂ। ਅੱਜ ਸਾਨੂੰ ਕਿਹਾ ਜ਼ਰੂਰ ਹੈ ਕਿ ਮੈਨੂੰ ਸੋਚ ਲੈਣ ਦਿਓ, ਹੁਣ ਇਸ ਦਾ ਤੁਸੀਂ ਆਪੇ ਹਿਸਾਬ ਲਾ ਲਓ ਸੋਚਣ ਦਾ ਮਤਲਬ ਕੀ ਹੋਇਆ। ਹਾਂ, CLP ਦੀ ਮੀਟਿੰਗ ਸਾਡੀ ਹੋਈ, ਉਹਦੇ 'ਚ ਇਹੀ ਮੁੱਦੇ ਡਿਸਕਸ ਹੋਏ। ਉਹਨੇ ਮੈਨੂੰ ਪੁੱਛਿਆ ਕਿ ਸਪੀਕਰ ਸਾਹਿਬ ਦੀ ਕੋਈ ਅਸ਼ੋਰੈਂਸ ਆਈ ਹੈ, ਮੈਂ ਸਪੀਕਰ ਸਾਹਿਬ ਦੀ ਅਸ਼ੋਰੈਂਸ, ਸਪੀਕਰ ਸਾਹਿਬ ਤਾਂ ਚੰਗੇ ਬੰਦੇ ਨੇ, ਐਚਕਨ ਵੀ ਪਾਈ ਸੀ, ਵਧੀਆ ਸੀ, ਪੁਰਾਣਾ ਉਹ ਚਾਹੁੰਦੇ ਸੀ ਕਿ ਗਿਆਨੀ ਜੀ ਦੇ ਵੇਲੇ ਦਾ ਮੈਂ ਸਾਰਾ ਟ੍ਰੈਡੀਸ਼ਨ ਜਾਰੀ ਕਰ ਸਕਾਂ, ਬਟ ਕੰਨ ਦੇ ਵਿੱਚ ਬਲੂਟੁੱਥ ਲੱਗਾ, ਜਿਹੜਾ ਦਿੱਲੀ ਤੋਂ ਮੈਸੇਜ ਆਏਗਾ ਉਹਦੇ ਮੁਤਾਬਕ ਚੱਲੇਗਾ, ਕਿਉਂਕਿ ਜਦੋਂ ਕੰਨ ਖੁਰਕ ਰਿਹਾ ਸੀ ਮੈਂ ਉਦੋਂ ਅੰਦਾਜ਼ਾ ਲਾਇਆ ਕਿ ਪੱਗ ਦੇ ਥੱਲੇ ਤੇ ਬਲੂਟੁੱਥ ਲੱਗਾ ਲੱਗਦਾ, ਥੋੜ੍ਹਾ ਜਿਹਾ ਮੈਨੂੰ ਇੱਕ ਕੁੰਡੀ ਜੀ ਨਜ਼ਰ ਆਈ ਸੀ, ਸੋ ਜਾਂ ਹੇਅਰਿੰਗ ਮਸ਼ੀਨ ਹੈ ਤੇ ਜਾਂ ਬਲੂਟੁੱਥ ਹੈ, ਦੋਨਾਂ 'ਚੋਂ ਇੱਕ ਚੀਜ਼ ਹੋਏ। ਨਹੀਂ, ਅਟੈਂਡ ਤਾਂ ਪੂਰਾ ਕਰਾਂਗੇ ਜੀ, ਅਟੈਂਡ ਕਰਾਂਗੇ, ਬੈਠਾਂਗੇ। ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਬਕਾਇਦਾ ਤੌਰ ਜਿਹੜਾ ਹਾਊਸ ਦਾ ਇੱਕ ਤੌਰ ਤਰੀਕਾ ਹੈ ਉਹਨੂੰ ਮੇਨਟੇਨ ਕਰਕੇ ਰੱਖਾਂਗੇ, ਸ਼ਾਂਤੀ ਰੱਖਾਂਗੇ। ਅਸੀਂ ਪਿਆਰ ਦੇ ਨਾਲ ਚਾਹੁੰਦੇ ਹਾਂ ਕਿ ਸੈਸ਼ਨ ਚੱਲੇ, ਅਸੀਂ ਇਹ ਚਾਹੁੰਦੇ ਹਾਂ ਕਿ ਜੇ ਲੁਕਾਉਣ ਨੂੰ ਕੋਈ ਗੱਲ ਨਹੀਂ, ਭਗਵੰਤ ਜੀ ਮਾਈਨਿੰਗ ਹੈ, ਕੱਲ ਹੀ ਮੈਂ ਦੱਸਿਆ ਮਹਾਰਾਜਾ ਪਟਿਆਲੇ ਦੀ ਜਾਇਦਾਦ ਖਰੀਦ ਲਈ ਇਹਨਾਂ ਨੇ, ਬਦਲਾਅ ਵੇਖੋ ਕਿੱਡਾ ਖੂਬਸੂਰਤ ਆਇਆ 18 ਮਹੀਨਿਆਂ ਦੇ ਵਿੱਚ, ਉਹਨਾਂ ਚੰਦਰਯਾਨ ਦੀ ਸਪੀਡ ਨਹੀਂ ਕਰਪਸ਼ਨ ਦੀ ਜਿਹਨੇ ਇਹਨਾਂ ਨੇ ਆਰੰਭਤੀ, ਚੰਦਰਯਾਨ ਨੂੰ ਵੀ ਕੋਈ ਟਾਈਮ ਲੱਗ ਗਿਆ ਸੀ ਪਹੁੰਚਣ ਨੂੰ, ਉਹਨਾਂ ਲੋਕਾਂ ਨੂੰ ਜਿਹਨਾਂ ਦੀ ਕੋਈ ਪੋਲੀਟਿਕਲ ਕੋਈ ਬੈਕਗ੍ਰਾਉਂਡ ਹੀ ਹੈ ਨਹੀਂ ਫਾਈਨੈਂਸ਼ੀਅਲ, ਜਿਹਨਾਂ ਕੋਲ ਕਮਾਈ ਦਾ ਸਾਧਨ ਨਹੀਂ। ਰਾਜਾ ਮਾਲਵਿੰਦਰ ਸਿੰਘ ਦੀ 42 ਕਰੋੜ ਦੀ ਜਾਇਦਾਦ ਲੈ ਲਈ ਜੀ, 42 ਕਰੋੜ ਰੁਪਏ ਦਾ 18 ਕਿੱਲਿਆਂ ਦਾ ਪੈਲਸ ਲੈ ਲਿਆ, ਇਹਦੇ ਪੈਲਸ 'ਚ ਪਹੁੰਚ ਗਏ ਨੇ। ਇਹ ਉਹ ਬੰਦੇ ਜਿਹੜੇ ਕਹਿੰਦੇ ਸਾਡਾ 2 ਕਮਰਿਆਂ 'ਚ ਗੁਜ਼ਾਰਾ ਹੋ ਸਕਦਾ, ਸਾਨੂੰ ਸਿਕਿਉਰਿਟੀ ਨਹੀਂ ਚਾਹੀਦੀ ਜੀ, ਸਾਨੂੰ ਕਾਰਾਂ ਨਹੀਂ ਚਾਹੀਦੀਆਂ, ਇਹ ਗੱਲ ਇਹਨਾਂ ਦੀ ਪੱਕੀ ਹੈ ਕਿ ਕਾਰ ਦੇ ਵਿੱਚ ਹੁਣ ਸਫ਼ਰ ਹੀ ਨਹੀਂ ਕਰਦੇ, ਜਾਂਦੇ ਹੀ ਹੈਲੀਕਾਪਟਰ ਜਾਂ ਫਿਕਸਡ ਵਿੰਗ ਜਹਾਜ਼ਾਂ 'ਚ, ਕਾਰ ਦੇ ਵਿੱਚ ਸਫ਼ਰ ਹੀ ਛੱਡਤਾ ਇਹਨਾਂ ਨੂੰ। ਤੋ ਬਾਕੀ ਗੱਲ ਤੁਹਾਡੇ ਨਾਲ ਇੱਥੇ ਕਰਾਂਗੇ ਜੀ। ਬਹੁਤ ਸ਼ੁਕਰੀਆ। ਤਾਂ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਕਿ ਸਵਰੋਤੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ। ਕਈ ਮੁੱਖ ਮੁੱਦੇ ਜਿਹੜੇ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਚੁੱਕੇ ਗਏ ਨੇ, ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਆਪਣੀ ਮੰਗ ਨੂੰ ਦੁਹਰਾਇਆ, 10 ਦਿਨ ਦੇ ਸੈਸ਼ਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਪੀਕਰ ਅੱਗੇ ਉਹਨਾਂ ਨੇ ਆਪਣੀ ਇਹ ਗੱਲ ਰੱਖੀ ਹੈ ਕਿ 10 ਦਿਨ ਦਾ ਸੈਸ਼ਨ ਬੁਲਾਇਆ ਜਾਵੇ। ਉੱਥੇ ਹੀ ਨਾਜਾਇਜ਼ ਮਾਈਨਿੰਗ ਦਾ ਵੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੁੱਦਾ ਚੁੱਕਿਆ ਗਿਆ, ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ ਗਿਆ, ਵੱਖ ਵੱਖ ਮੁੱਦਿਆਂ ਦੇ ਲਿਹਾਜ਼ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ। ਅਤੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਵੱਲੋਂ ਪੂਰਾ ਸੈਸ਼ਨ ਜਿਹੜਾ ਕਿ ਅਟੈਂਡ ਕੀਤਾ ਜਾਵੇਗਾ, ਸਦਨ ਦੇ ਅੰਦਰ ਵੀ ਪੰਜਾਬ ਦੇ ਨਾਲ ਜੁੜੇ ਵੱਖ ਵੱਖ ਮੁੱਦੇ ਚੁੱਕੇ ਜਾਣਗੇ। ਉੱਥੇ ਹੀ
ओल्ड पेंशन स्कीम अजे तक लागू नहीं हुई, इस लैके उन्होंने वालों सवाल खड़े किए गए। उन्होंने कहना कि असं चंकी बहस चाहते हाँ, खिचोतान नहीं, तीजा माइनिंग मंत्री बदल दिता गया पर नाजायज़ माइनिंग जी की नहीं बंद हुई, ये भी सीधे तौर पर इल्जाम सरकार से लगाए गए हैं। माइनिंग का 20,000 करोड़ कितने है, यह भी सरकार को प्रताप सिंह बाजवा के वालों सवाल किया गया। नाल ही कह कि असं चंकी बहस चाहते हाँ, खिचोतान नहीं। सो प्रताप सिंह बाजवा जेडे विरोधी धिर के आगू ने उन्होंने वाले एक बार फिर अपनी मंग में दोहराया गया कि जो विधानसभा का सैशन है वो 10 दिन का बुलाया जाए। हालांकि सरकार के वालों 2 दिन का जोड़ा कि सरदरुत इजलास सद्या गया, अज तो कल जो कि इजलास चलेगा, ठीक 2 बजे जी कि विधानसभा की कार्रवाई शुरू होगी। पहला विछड़िया रूहों को श्रद्धांजलि दी जाएगी, उस तो बाद प्रेशन कॉल भी होगा। पर दूजे पास विरोधियों के वालों वक्त मुद्दों का जिक्र किया जा रहा है, तो वक्त मुद्दों को लेकर सरकार को घेरिया जा रहा है। प्रताप सिंह बाजवा के वालों मीडिया के नाल गलबात करते हुए जो कि वड्डा बयान दिता गया, सरकार से निशाना साध्या गया। हुण दा कहना कि तीजा माइनिंग मंत्री बदल दिता, माइनिंग का 20,000 करोड़ कित्थे है, ओल्ड पेंशन स्कीम अजे तक लागू नहीं हुई, इस लैके भी प्रताप सिंह बाजवा ने सवाल खड़ा किया है। नाल ही कहा गया पंजाब दे विच नशा ते गैर कानूनी माइनिंग वधी है, असीं चंगी बहस चाहते हाँ, खिचोतान नहीं। तो नाल ही 10 दिन के सैशन की भी प्रताप सिंह बाजवा के वालों मंग की गई है। उत्थे मुख्यमंत्री मान दे उस बयान से भी पलटवार किया गया। प्रताप सिंह पहला दिन है